ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ। ਪਿਆਰੀ ਸਾਧ ਸੰਗਤ ਜੀ, ਅੱਜ ਇਸ ਗੁਰੂ ਘਰ ਦੇ ਵਿੱਚ ਜਿਸ ਦੁੱਖ ਨੂੰ ਛੇੜਿਆ ਗਿਆ, ਜਿਸ ਬ੍ਰਾਹਮਣਵਾਦ ਦਾ ਨਾਂ ਲਿਆ ਗਿਆ, ਉਸ ਭਾਰਤ ਦੇ ਵਿੱਚ 4000 ਸਾਲ ਤੋਂ ਸਾਰੀਆਂ ਉਪਦਰਵ, ਸਾਰੀਆਂ ਬਿਮਾਰੀਆਂ ਦੀ ਜੜ ਸਾਨੂੰ ਸਾਰੇ ਪੁਰਨ ਵਾਸੀਆਂ ਨੂੰ ਜਾਤਾਂ ਚ ਵੰਡਣਾ, ਕੋਹ ਕੋਹ ਕੇ ਮਾਰਨਾ, ਜਾਤਾਂ ਨੂੰ ਜਾਤਾਂ ਨਾਲ ਲੜਾਉਣਾ, ਇਹਦੇ ਤੇ ਅੱਜ ਵਿਚਾਰ ਕਰਨ ਦੀ ਜ਼ਰੂਰਤ ਆ। ਕੁਝ ਗੱਲਾਂ ਕਹੀਆਂ ਗਈਆਂ, ਬਹੁਤ ਸਾਰੀਆਂ ਅਧੂਰੀਆਂ ਛੱਡੀਆਂ ਗਈਆਂ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕੌਣ ਆ, ਕਿਉਂ ਮੈਂ ਇਹ ਗੱਲ ਕਰਨ ਜਾ ਰਿਹਾ, ਕਿਉਂਕਿ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਆ ਕਿ ਜੋ ਲੋਕ ਆਪਣਾ ਪੁਰਾਣਾ ਸਦੀਆਂ ਦਾ, ਹਜ਼ਾਰਾਂ ਸਾਲਾਂ ਦਾ ਇਤਿਹਾਸ ਨਹੀਂ ਜਾਣਦੇ, ਔਰ ਉਸ ਇਤਿਹਾਸ ਦੇ ਵਿੱਚ ਕਿਸ ਨੇ ਦੋਸਤਾਂ ਵਾਲੀ ਵਾਲਾ ਯੋਗਦਾਨ ਪਾਇਆ ਔਰ ਕਿਸ ਨੇ ਦੁਸ਼ਮਣਾਂ ਵਾਲਾ ਯੋਗਦਾਨ ਪਾਇਆ, ਜੇ ਤੁਹਾਨੂੰ ਉਹਦੀ ਪਹਿਚਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਮਾਜ ਲਈ ਕੋਈ ਰਾਹ ਨਹੀਂ ਬਣਾ ਸਕਦੇ। ਤੋ ਸਾਥੀਓ, ਅਸੀਂ ਕੌਣ ਸੀ, ਸਾਡਾ ਵਚਨ ਕੀ ਸੀ, ਉਸ ਭਾਰਤ ਧਰਤੀ ਦੇ ਪਿਆਰੇ ਪੁੱਤਰ ਮੂਲ ਵਾਸੀ, ਕੁਦਰਤ ਦੀਆਂ ਸੁਰਤ ਵਾਲੇ, ਕਵਿਤਾ ਰੱਖਣ ਵਾਲੇ, ਸ਼ਬਦ ਚ ਲੀਨ, ਉਸ ਸਮਾਜ ਨੂੰ ਬਾਬਾ ਸਾਹਿਬ ਕਹਿੰਦੇ ਆ ਕਿ ਆਰੀਅਨ ਜਦੋਂ ਇੱਥੇ ਆਏ, ਇਸ ਦੇਸ਼ ਕੋਈ ਵਰਨੋ ਵਾਸਤਾ ਨਹੀਂ ਸੀ, ਆਰੀਅਨ ਇੱਕ ਛੋਟਾ ਜਿਹਾ ਵਰਗ ਆਏ ਤਾਂ ਬਹੁਤ ਸਾਰੇ ਦੇਸ਼ਾਂ ਚੋਂ ਆ, ਆਰੀਅਨ ਇੱਕ ਵਿੱਚੋਂ ਬਹੁਤ ਛੋਟਾ ਜਿਹਾ ਵਰਗ ਜਿਹੜਾ ਇਰਾਨ ਚੋਂ ਆਇਆ, ਉਹ ਇਸ ਬਿਮਾਰੀ ਨੂੰ ਨਾਲ ਲੈ ਕੇ ਆਇਆ, ਉਹ ਜਿਹੜੀ ਬਿਮਾਰੀ ਨੂੰ ਲੈ ਕੇ ਆਇਆ, ਉਹ ਬਿਮਾਰੀ ਆਰੰਭ ਚ ਸ਼ੁਰੂ ਹੋਈ। ਇਹ ਜਿਹੜਾ ਵਿਸ਼ੇਸ਼ ਇਹ ਵਿਸ਼ਵਾਸ ਕਰਿਆ ਜਿਹਨਾਂ ਦਾ ਭਾਰਤ ਦੇ ਇਤਿਹਾਸ ਦੇ ਵਿੱਚ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਨਾਂ ਲਿਆ ਜਾਂਦਾ, ਇਹ ਵਿਸ਼ੇਸ਼ ਤੇ ਵਿਸ਼ਵਾਮਿੱਤਰ ਉੱਥੇ ਵਾਸਤਾ ਵਾਸਤਾ ਕਹਿੰਦੇ ਸੀ, ਬ੍ਰਾਹਮਣ, ਕਸ਼ਤਰੀ ਤੇ ਵੈਸ, ਇਹ ਤਿੰਨ ਵਾਸ ਸੀ। ਤਾਂ ਬਾਬਾ ਸਾਹਿਬ ਕਹਿੰਦੇ, ਉਹਨਾਂ ਨੇ 1948 ਦੇ ਵਿੱਚ ਇੱਕ ਗ੍ਰੰਥ ਲਿਖਿਆ, ਅਛੂਤ ਕੌਣ ਤੇ ਕਿਵੇਂ, ਉਹਨਾਂ ਨੇ ਡਿਊਟੀ ਵੀ ਲਾਈ, ਸਾਡੇ ਪੜ੍ਹੇ ਲਿਖੇ ਬੰਦਿਆਂ ਦੀ ਕਿ ਮੇਰੇ ਸਮਾਜ ਨੂੰ ਮੇਰਾ ਮੈਸੇਜ ਦੇ ਦਿਓ। ਤਾਂ ਅੱਜ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਮੈਂ ਬਾਬਾ ਸਾਹਿਬ ਦਾ ਹੀ ਮੈਸੇਜ ਤੁਹਾਨੂੰ ਦੇਣ ਜਾ ਰਿਹਾ। ਉਹ ਕਹਿੰਦਾ, ਜਦੋਂ ਇਹ ਆਰੀਅਨ ਲੋਕ ਇਰਾਨ ਚੋਂ ਆਏ, ਵਿਸ਼ਿਸ਼ਟ ਤੇ ਵਿਸ਼ਵਾਮਿੱਤਰ, ਇਹ ਦੋ ਪ੍ਰੋਹ ਸੀ, ਜਿਹੜਾ ਵਿਸ਼ਵਾਮਿੱਤਰ ਸੀ ਉਹ ਕਸ਼ਤਰੀਆਂ ਦਾ ਪ੍ਰੋਹ ਸੀ, ਜਿਹੜਾ ਵਿਸ਼ਿਸ਼ਟ ਸੀ ਉਹ ਬ੍ਰਾਹਮਣ ਦਾ ਪ੍ਰੋਹ ਸੀ। ਇਹਨਾਂ ਦੋਵਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਭਾਰਤ ਨੇ ਉਸ ਝਗੜੇ ਨੂੰ ਕੱਪੜਾ ਕਲਾ ਦੇ ਨਾਲ ਜੋੜ ਦਿੱਤਾ। ਬਾਬਾ ਸਾਹਿਬ ਨੇ ਰਿਟਨ ਦੇ ਹਿੰਦੂਇਜ਼ਮ ਦੇ ਵਿੱਚ ਉਹਦਾ ਪਰਦਾ ਸਾਫ਼ ਕਰਦੇ ਹੋਏ ਇਹ ਗੱਲ ਕਹੀ ਕਿ ਵਿਸ਼ਵਾਮਿੱਤਰ ਜਿਹੜਾ ਕਸ਼ਤਰੀਆਂ ਦਾ ਪ੍ਰੋਹ ਸੀ ਤੇ ਵਿਸ਼ਿਸ਼ਟ ਜਿਹੜਾ ਬ੍ਰਾਹਮਣ ਦਾ ਪ੍ਰੋਹ ਸੀ, ਇਹਨਾਂ ਦੀ ਦੁਸ਼ਮਣੀ ਪ੍ਰੋਹ ਪੂਰੇ ਤੋਂ ਪੈ ਗਈ। ਜਿਹੜਾ ਬ੍ਰਾਹਮਣਾਂ ਦਾ ਪ੍ਰੋਹ ਜਾ ਕਹਿੰਦਾ ਕਿ ਦਾਨ ਲੈਣ ਦਾ ਮੇਰਾ ਹੱਕ ਆ, ਜਿਹੜਾ ਕਸ਼ਤਰੀਆਂ ਦਾ ਪ੍ਰੋਹ ਦਾ ਕਹਿੰਦਾ ਦਾਨ ਲੈਣ ਦਾ ਮੇਰਾ ਹੱਕ ਆ। ਤਾਂ ਬਾਬਾ ਸਾਹਿਬ ਕਹਿੰਦੇ ਇਹ ਗਾਇਤਰੀ ਮੰਤਰ ਜਿਹੜਾ ਆ ਇਹ ਵੀ ਵਿਸ਼ਵਾਮਿੱਤਰ ਨੇ ਰਚਿਆ। ਇਹਨਾਂ ਦੀ ਇਸ ਲੜਾਈ ਇੰਨੀ ਵਧੀ ਕਿ ਇੱਕ ਕਸ਼ਤਰੀਆਂ ਦਾ ਰਾਜਾ ਤੇ ਵਿਸ਼ਵਾਮਿੱਤਰ, ਇਹ ਵਿਸ਼ਿਸ਼ਟ ਦੀ ਸੈਨਾ, ਬ੍ਰਾਹਮਣਾਂ ਦੀ ਸੈਨਾ ਇਰਾਨ ਚ ਲੜਾਈ ਹੋਈ, ਉਹਦੇ ਵਿੱਚ ਵਿਸ਼ਿਸ਼ਟ ਦਾ ਪੁੱਤਰ ਮਾਰਿਆ ਗਿਆ। ਉਹ ਜਿਹੜਾ ਵਿਸ਼ਿਸ਼ਟ ਦਾ ਪੁੱਤਰ ਮਾਰਿਆ ਗਿਆ, ਉਹਦਾ ਬਦਲਾ ਬ੍ਰਾਹਮਣ ਨੇ ਇਰਾਨ ਚ ਕਿੱਦਾਂ ਲਿਆ, ਉਹ ਇਰਾਨ ਚ ਬਦਲਾ ਲਿਆ ਕਿ ਇਹ ਜਿਹੜਾ ਦੂਜੇ ਵਰਨ ਦਾ ਕਸ਼ਤਰੀ ਆ, ਉਹਦੇ ਤੋਂ ਉਹ ਇੱਕ ਪੈਸੇ ਦਾ ਜਿਹੜਾ ਸੂਤਰ ਆ, ਇੱਕ ਪੈਸੇ ਦਾ ਜਿਹੜਾ ਸੂਤਰ
ਗਿਆ ਉਹ ਇੱਥੇ ਜਿਹੜਾ ਪਾਉਂਦੇ ਸੀ ਉਹ ਦਾ ਖੋਲਿਆ ਉਹਨੂੰ ਚੱਕ ਕੇ ਚੌਥੇ ਵਰਨ ਚ ਮਾਰਿਆ ਤਿੰਨਾਂ ਵਰਨਾਂ ਤੋਂ ਚਾਰ ਵਰਨ ਮਰ ਗਏ ਸਤ ਸੰਗਤ ਧਿਆਨ ਰੱਖਣਾ ਪਹਿਲੀ ਵਾਰ ਤੁਹਾਡੀ ਕਚਹਿਰੀ ਦੇ ਵਿੱਚ ਬਾਬਾ ਸਾਹਿਬ ਦਾ ਮੈਂ ਮੈਸੇਜ ਦੇ ਰਿਹਾ ਕਿ ਚਾਰ ਵਰਨ ਇਸ ਵਾਰ ਇਲਾਕ ਚ ਪੈਦਾ ਹੋਏ ਜਦੋਂ ਇਹ ਲੋਕ ਇੱਥੇ ਆਏ ਸਾਡੇ ਨਾਲ ਲੜਾਈਆਂ ਹੋਈਆਂ ਔਰ ਸਾਡੇ ਨਾਲ ਜਿਹੜੀਆਂ ਲੜਾਈਆਂ ਹੋਈਆਂ ਅਸੀਂ ਉਸ ਵਕਤ ਨਾ ਬ੍ਰਾਹਮਣ ਸੀ ਨਾ ਕਸ਼ਤਰੀ ਸੀ ਨਾ ਵੈਸ ਸੀ ਨਾ ਸ਼ੂਦਰ ਸੀ ਜਦੋਂ ਲੜਾਈਆਂ ਹੋਈਆਂ ਤਾਂ ਉਸ ਲੜਾਈ ਦੀਆਂ ਹਾਰਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ੂਦਰ ਬਣਾਤਾ ਔਰ ਉਹ ਜਿਹੜੇ ਸ਼ੂਦਰ ਬਣਾਤੇ ਉਹ ਜਿਹੜੀ ਸਜਾਵਾਂ ਇਲਾਮ ਦੇ ਸ਼ੂਦਰਾਂ ਨੂੰ ਦਿੱਤੀਆਂ ਗਈਆਂ ਸੀ ਉਹ ਸਜਾਵਾਂ ਸਾਨੂੰ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਾਡੇ ਤੇ ਲਾਗੂ ਕਰ ਦਿੱਤੀਆਂ ਇਹ ਬਾਬਾ ਸਾਹਿਬ ਦਾ ਬਹੁਤ ਵੱਡਾ ਗ੍ਰੰਥ ਆ 1948 ਵਿੱਚ ਲਿਖਿਆ ਸੀ ਕਿ ਉਮਰ ਢਲਦੀ ਜਾ ਰਹੀ ਸੀ ਇੱਕ ਬਿਮਾਰੀ ਦਾ ਸ਼ਿਕਾਰ ਸੀ ਪਰ ਉਹ ਆਪਣੇ ਸਮਾਜ ਨੂੰ ਬ੍ਰਾਹਮਣਾਂ ਦੇ ਬਾਰੇ ਸੱਚ ਦਾ ਕਹਿਣਾ ਚਾਹੁੰਦੇ ਸੀ ਵੀ ਇਹ ਕੌਣ ਹੋ ਗਿਆ ਇਹ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਸਾਨੂੰ ਚਾਰ ਵਰਨਾਂ ਚ ਵੰਡਿਆ ਚਾਰ ਵਰਨ ਸਾਡੇ ਇਸ ਦੇਸ਼ ਦੇ ਵਿੱਚ ਮੂਲ ਵਾਸੀਆਂ ਦੇ ਵਿੱਚ ਇਸ ਤਰ੍ਹਾਂ ਬਣੇ ਇਸ ਚਾਰ ਵਰਨਾਂ ਦੇ ਵਿੱਚ ਕਬਰ ਕਰਕੇ ਆਪ ਰਾਜ ਤੇ ਬੈਠਣਾ ਪੁਸ਼ਪ ਮਿਤਰਾ ਸਿੰਘ ਜੋ ਉਹਦਾ ਸੈਨਾ
ਸਭਾਪਤੀ ਸੀ ਉਹ ਰਾਜਾ ਬਣਿਆ ਔਰ ਐਲਾਨ ਕਰਤਾ ਉਸੇ ਜਣੀ ਕਿ ਤੈਂ ਮਤਲਬ ਬਈ ਜਿਹੜਾ ਵੀ ਵੋਟੀਆਂ ਦੇ ਸਿਰ ਜਾਊਗਾ ਇੱਕ ਇੱਕ ਹਜ਼ਾਰ ਵੋਟ ਦਿੱਤੀ ਜਾਊਗੀ। ਤੋ ਸਾਥੀਓ ਸਤਸੰਗ ਜੀ ਇਸ ਤਰ੍ਹਾਂ ਬੋਧੀਆਂ ਦੇ ਕਤਲ ਹੋਏ, ਬੁੱਧ ਬਾਹਰ ਦੇ ਦੇਸ਼ਾਂ 'ਚ ਚਲੇ ਗਿਆ, ਬੁੱਧਿਸਟ ਬਾਹਰ ਦੇ ਦੇਸ਼ਾਂ 'ਚ ਚਲੇ ਗਿਆ, ਬ੍ਰਾਹਮਣਾਂ ਦੇ ਕਬਜ਼ੇ 'ਚ ਸਾਰਾ ਦੇਸ਼ ਆ ਗਿਆ, ਅੱਗੇ ਨਾਲੋਂ ਵੀ ਘਨੌਣੀਆਂ ਸਾਡੇ ਤੇ ਹਰਕਤਾਂ ਹੋਈਆਂ। ਫਿਰ ਬ੍ਰਾਹਮਣਾਂ ਨੇ ਸੋਚਿਆ ਕਿ ਵਾਹਨ ਵਾਸਤਾ ਤੇ ਇਹਨਾਂ ਤੋੜ ਲਿਆ, ਵਾਹਨ ਵਾਸਤਾ ਤੇ ਇਹਨਾਂ ਨੇ ਤੋੜ ਲਿਆ ਤਾਂ ਫਿਰ ਉਹਦਾ ਵਿਕਲਪ ਲੱਭਿਆ ਇਸ ਸੁਸਾਇਟੀ ਨੂੰ ਛੇ ਹਜ਼ਾਰ ਚਾਕਾਂ 'ਚ ਵੜ ਗਏ। ਬ੍ਰਾਹਮਣ ਇੱਕ ਪੌੜੀ ਦੀ ਤਰ੍ਹਾਂ 6000 ਜਾਤਾਂ ਖੜੀਆਂ, ਉਸ ਪੌੜੀ ਦੀ ਤਰ੍ਹਾਂ 6000 ਜਾਤਾਂ ਥੱਲੇ ਤੋਂ ਲੈ ਕੇ ਉੱਪਰ ਤੱਕ ਬ੍ਰਾਹਮਣ ਤੱਕ ਪਹੁੰਚਣੇ ਲਈ 6000 ਜਾਤਾਂ, 6000 ਜਾਤਾਂ ਦੀ ਜਿਹੜੀ ਹੈ ਪੌੜੀਆਂ, ਉਹਦੇ ਵਿੱਚ ਇੱਕ ਗੈਰ ਬਰਾਬਰਤਾ ਦੀ ਭਾਵਨਾ ਦਾ ਨਿਰਮਾਣ ਕੀਤਾ। ਉਹ ਕਿਦਾਂ ਕੀਤਾ? ਤੁਸੀਂ ਜਿੰਨੇ ਵੀ ਏਰੀਆ ਤੋਂ ਆਏ ਆ ਤੁਸੀਂ ਮਹਿਸੂਸ ਕਰੋਗੇ ਕਿ ਮੈਂ ਬਾਬਾ ਸਾਹਿਬ ਨੇ ਕਾਮਯਾਬ ਹੋ ਗਿਆ ਉਹ ਦਿਨ ਬ੍ਰਾਹਮਣਵਾਦੀਆਂ ਜਿਹੜਾ
ਉਹਨਾਂ ਨੂੰ ਦਿਸਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੂਵਮੈਂਟ ਇਹਨਾਂ ਲੋਕਾਂ ਦੇ ਵਾਸਤੇ ਸੀ, ਨੀਚਾਂ ਨੂੰ ਊਚ ਕਰ ਦਿੰਦੀ ਸੀ। ਅਗਰ ਉਸ ਪਹਿਰਾਵੇ ਇਹ ਆ ਜਾਂਦੇ ਆ ਬ੍ਰਾਹਮਣ ਨਾਲ ਤੱਕ ਕੋਮਲ ਦਾ ਕੋਈ ਨਹੀਂ, ਉਹ ਵਾਲੀ ਬੰਦੂਕ ਜਿਹੜੀ ਹੈਗੀ ਆ ਆਪਣੇ ਰਾਹੀਂ ਨਹੀਂ ਚਲਾਉਂਦਾ, ਸਾਡੇ ਸਮਾਜ ਤੋਂ ਫੀਲੇ ਪੈਦਾ ਕੀਤੇ ਆ ਉਹਨਾਂ ਦੇ ਰਾਹੀਂ ਕਰਵਾਇਆ। ਤੋ ਬ੍ਰਾਹਮਣ ਵਾਸਤੇ ਬਾਰੇ ਤੁਹਾਨੂੰ ਬਿਲਕੁਲ ਪਤਾ ਲੱਗਣਾ ਚਾਹੀਦਾ ਕਿ ਇਹ ਸਿਸਟਮ ਜਦੋਂ ਜਾਂਦਾ ਸਮਾਜ ਦੇ ਵਿੱਚ ਇਨਇਕੁਆਲਿਟੀ, ਇਨਫਰਟੈਲਿਟੀ, ਇਨਲਿਮਿਟੀ, ਇਨਜਸਟਿਸ ਦੇ ਭਾਈਚਾਰੇ ਦਾ ਨਿਰਮਾਣ ਹੋਇਆ। ਤੋ ਬਾਬਾ ਸਾਹਿਬ ਨੇ ਗੁਰੂ ਸਾਹਿਬ ਦੀ ਸੋਚ ਤੋਂ ਆਪਣਾ ਜ਼ਿੰਦਗੀ ਦਾ ਏਮ ਐਂਡ ਆਬਜੈਕਟ ਬਣਾਇਆ ਕਿ ਮੈਂ ਇਕੁਆਲਿਟੀ, ਫਰਟੈਲਿਟੀ, ਲਿਬਰਟੀ ਐਂਡ ਜਸਟਿਸ ਦੇ ਭਾਈਚਾਰੇ ਦਾ ਨਿਰਮਾਣ ਕਰਨਾ ਚਾਹੁੰਦਾ। ਉਹ ਸੰਪੂਰਨ ਸੰਤਾਂ ਦੀ ਸੋਚ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ, ਕਿੱਦਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਗਰ ਸੁਸਾਇਟੀ ਨੂੰ ਸੱਚਾ ਸੱਚਾ ਰੱਖਣਾ ਉਹਦੇ ਲਈ ਧਰਮ ਦੀ ਜ਼ਰੂਰਤ ਆ, ਔਰ ਧਰਮ ਕੀ ਚੀਜ਼ ਆ। ਗੁਰੂ ਨਾਨਕ ਸਾਹਿਬ ਨੇ ਬੜਾ ਉਹਨੂੰ ਕਲੀਅਰ ਕੀਤਾ, ਏਕ ਓਂਕਾਰ ਸਤਨਾਮ ਕਰਤਾ ਉਠ ਨਿਰਭਉ ਨਿਰਵੈਰ। ਕਿਤੇ ਉਹਦੇ ਚੋਂ ਕਿਤੇ ਇੱਕ ਧਾਰਾ ਵਿਛੜ ਕੇ ਆ ਰਹੀ ਆ ਜਿਹਦਾ ਨਾਂ ਸ਼ਬਦ, ਫਿਰ ਕਹਿੰਦੇ ਸ਼ਬਦ ਧਰਤੀ, ਸ਼ਬਦ ਆਕਾਸ਼, ਸ਼ਬਦ ਸ਼ਬਦ ਪਿਆ ਸਰਕਾਰ ਸਗਲੀ ਸ਼੍ਰੇਸ਼ਟ ਸ਼ਬਦ ਕੇ ਪਾਸੇ ਨਾਨਕ ਸ਼ਬਦ ਕੱਢੇ ਕਦਾ। ਉਹ ਕਹਿੰਦੇ ਉਹ ਸ਼ਬਦ ਜਿਹਨੇ ਸਾਰੇ ਖੰਡਰਾਂ ਨੂੰ ਪੈਦਾ ਕੀਤੇ, ਜਿਹਨੇ ਦਿਨ ਤੇ ਰਾਤ ਬਣਾਏ, ਉਹ ਸਾਡੇ ਦਿਨ ਰਾਤ ਨੂੰ ਘਾਰਾ ਦੇ ਰਿਹਾ, ਉਹ ਇੱਕ ਰਾਸਤਾ ਜਿਹਦੇ ਜਦੋਂ ਤੁਸੀਂ ਉਹ ਜਵਾਬ ਹੋਜੋਗੇ ਕਿੱਦਾਂ ਮਨ ਹੋਗੇ, ਫਿਰ ਕਹਿੰਦੇ ਅੰਦਰ ਜੋ ਨਿਰੰਤਰ ਪਾਣੀ ਸੱਜੇ ਸਾਹਿਬ ਸਿਓ ਦਿਵ ਲਾਈ। ਜਦੋਂ ਗਿਆਨ ਨੂੰ ਇੱਥੇ ਦਸਵੇਂ ਦੁਆਰ ਚ ਜਾਵਾਂਗੇ ਸਾਡੀ ਦਿਲ ਜੁੜਦੀ ਹੈ, ਸ਼ਬਦ ਨਾਲ ਜੁੜ ਜਾਵਾਂਗੇ, ਸ਼ਬਦ ਸਾਨੂੰ ਉੱਥੇ ਲੈ ਕੇ ਚੱਲੂਗਾ ਜਿੱਥੋਂ ਉਹ ਆ ਰਿਹਾ। ਉਹ ਧਾਰਾ ਤੇ ਜੋੜਨੇ ਦਾ ਮਾਰਗ, ਇੱਕ ਸਿੰਪਲ ਮਾਰਗ, ਚੋਗੀਆਂ ਪਤਾ ਨੀ ਜਗ੍ਹਾ ਧਾਰੀਆਂ ਨੇ ਕਿੰਨੀਆਂ ਭੂਤੀਆਂ, ਕਿਸ ਕਿਸ ਤਰ੍ਹਾਂ ਦੇ ਜਪ ਤਪ, ਸਾਲ ਸਾਲ 200 ਸਾਲ ਖੜੇ ਹੋ ਕੇ ਭਗਤੀ ਕਰਦੇ ਨੇ ਮਾਰਗਾਂ ਤੋਂ ਛੁਟਕਾਰਾ ਪਾਇਆ ਕਿ ਸ਼ਬਦ ਨਾਲ ਜੋੜੋ। ਮੇਰੇ ਸ਼ਬਦ ਅੰਦਰ ਨਾ ਮੇਰਾ ਨਾ ਵਰਤ ਲਏ ਨਾ ਚੁੱਕੇ ਤੇਰਾ, ਸ਼ਬਦ ਤੋਂ ਬਿਨਾ ਅੰਨਾ ਹੈ ਨਾ ਬੁਰਾ ਹੈ, ਜਿਹਦੇ ਮਾਨੀ ਸਿੰਘ ਬਣ ਜਾਓ, ਜੋੜੋ ਕੋਈ ਸ਼ਬਦ ਦੇ ਨਾਲ ਤਾਂ ਸਿੱਖ ਬਣ ਜਾਓਗੇ, ਖਾਸ ਹੋ ਜਾਓਗੇ, ਪਿਓਰ ਹੋ ਜਾਓਗੇ, ਪਵਿੱਤਰ ਹੋ ਜਾਓਗੇ। ਜਦੋਂ ਕਿਸੇ ਜਦੋਂ ਗੁਰੂ ਸਾਹਿਬਾਨ ਫਿਰ ਕਲਿਆ ਕੇ ਗੱਲ ਨਹੀਂ ਕਹੀ, ਨਾਮਦੇਵ ਜੀ ਮਹਾਰਾਜ ਨੇ ਵੀ ਉਹੀ ਗੱਲ ਕਹੀ, ਕਬੀਰ ਸਾਹਿਬ ਨੇ ਵੀ ਉਹੀ ਗੱਲ ਕਹੀ, ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਉਹੀ ਗੱਲ ਕਹੀ। ਔਰ ਜਿਹਨਾਂ ਦੀ ਬਾਣੀ ਆ ਜਦੋਂ ਵਿਆਹਨਾਕਾਰ ਹੋਇਆ ਔਰ ਫੈਸਲਾ ਆ ਗਿਆ ਕਿ ਰਾਮਦਾਸ ਦੀ ਬਾਣੀ ਬਾਹਰ ਕਰਨੀਆਂ, ਉਹਨਾਂ ਨੇ ਬਹੁਤ ਅਭਿਆਸ ਮੁਕਾਇਆ। ਮੈਨੂੰ ਸਲਿਪ ਵੀ ਦੇ ਜਾਂਦੇ ਆ, ਮੈਂ ਗੱਲ
ਉਸ ਮੰਦਿਰ ਤੇ ਹੀ ਜਾਣਾ ਚਾਹੁੰਦੇ ਹਾਂ ਕਿਉਂਕਿ ਮੈਨੂੰ ਇੱਕ ਵਾਸਦੇਵ ਜੀ ਪਰਮਾਰ ਹੈ ਸਿਰਫ ਦਿੱਤੀ ਆ ਤੇ ਕਿਹੜਾ ਤਾਂ ਸਾਰੀ ਗੱਲ ਕਰ ਰਿਹਾ ਕਿ ਤੁਹਾਡੇ ਕੋਲ ਕੋਈ ਰਸਤੇ ਦੀ ਵੀ ਗੱਲ ਹੈਗੀ ਆ ਤੇ ਕਿਸੇ ਮੰਦਿਰ ਤੇ ਵੀ ਪਹੁੰਚਾਓਗੇ ਉਹ ਮੰਦਿਰ ਕੀ ਆ ਜਿਹੜੀ ਇੰਟਲੈਕਚੁਅਲ ਪ੍ਰੋਸੈਸ ਜੋ ਦੇ ਸੰਘਰਸ਼ ਤੋਂ
ਉਹਨਾਂ ਪੈਦਾ ਹੋਈਆਂ ਲਾਸਾਂ ਨਹੀਂ ਹੋਣੀਆਂ ਉਹ ਫਿਰ ਸਭੇ ਸਾਡੀ ਵਾਸਤਾ ਕੋਈ ਨਾ ਦਿਸੇ ਬਾਹਰ ਕਿ ਉਹ ਬਿਲਕੁਲ ਹੋਊਗੀ ਹੋਊਗੀ ਮੇਰਾ 37-38 ਸਾਲ ਦਾ ਤਜਰਬਾ ਆ ਮੈਂ ਉਹਦੇ ਦੀ ਗੱਲ ਕਰ ਰਿਹਾ ਇਸੇ ਕਰਕੇ ਮੈਂ ਕਿਤਾਬ ਲਿਖੀ ਆ ਭਾਰਤ ਵਿੱਚ ਸਮਾਜਿਕ ਵਿਵਸਥਾ ਦੀ ਪੀੜਾ ਤੇ ਸਮਾਜਵਾਦ ਇੱਥੇ ਮੈਂ ਕੋਈ 15 ਕਿਤਾਬਾਂ ਦਰਬਾਰ ਸਿੰਘ ਨੂੰ ਮੈਂ ਲੈ ਕੇ ਦਿੱਤੀਆਂ ਜਿਹੜੇ ਸਾਥੀ ਚਾਹਵਾਂ ਪੜ੍ਹਨ ਪੂਰਾ ਮੈਂ ਰਾਹ ਬਣਾਇਆ ਉਹਦੀ ਜਿਹੜੀ ਨੀਂਹ ਦੇ ਵਿੱਚ ਸਾਰਾ ਕੌਣ ਕੰਮ ਕਰ ਰਿਹਾ ਉਹ ਸਾਰਾ ਸਿੱਖ ਜ਼ਿੰਦਗੀ ਮਰਨ ਦੀ ਨਾ ਕਰ ਰਿਹਾ ਇਸੇ ਕਰਕੇ ਅਗਰ ਰਾਹ ਜਿਹੜਾ ਬਣਾਉਣਾ ਚਾਹੁੰਦੇ ਆ ਉਹ ਜਿਸ ਦਿਨ ਇੱਕ ਦੇਸ਼ ਦੇ ਵਿੱਚ ਐਗਰੀਕਲਚਰ ਹੋਊਗੀ ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ ਰੱਖਿਆ ਮੈਂ ਲਾਸਟ ਤੋਂ ਕਹਿ ਦਿੱਤਾ ਜੀ ਇਸ ਤੋਂ ਬਾਅਦ ਮੈਂ ਖਤਮ ਕਰ ਦੇਣਾ ਸੰਵਿਧਾਨ ਜਿਹੜਾ ਲਿਖਿਆ ਉਸ ਸੰਵਿਧਾਨ ਦੇ ਵਿੱਚ ਦੇ 296 ਮੈਂਬਰ ਸੀ ਸੰਵਿਧਾਨ ਘਰ ਦੀ ਸਭਾ ਉਹਨਾਂ ਚੋਂ 190 ਹਿੰਦੂਆਂ ਦੇ ਮੈਂਬਰ ਸੀ ਉਹਨਾਂ ਦੇ ਵਿੱਚੋਂ 33 ਸ਼ਡਿਊਲ ਕਾਸਟ ਦੇ ਸੀ ਔਰ ਉਹਨਾਂ ਦੇ ਵਿੱਚੋਂ 70-71 ਅਦਰ ਮੈਂਬਰ ਕਾਸਟ ਦੇ ਸੀਗੇ ਤੋਂ ਬਾਬਾ ਸਾਹਿਬ ਦਾ ਨਾਮ ਸ਼ਡਿਊਲ ਕਾਸਟ ਦੇ ਸਮਾਜ ਦਾ ਸੰਵਿਧਾਨ ਘਰ ਦੀ ਸਭਾ ਜਦੋਂ ਭਾਰਤ ਦਾ ਸੰਵਿਧਾਨ ਬਣਦਾ ਸੀ ਸੰਵਿਧਾਨ ਚਰਨਾਂ ਦੇ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।